ਅਸਲਾਮੁਅਲੈਕਮ ਸੋਹਣੇ ਵੇਖਣ ਵਾਲਿਓ ਨਾਲ ਨਾਲ ਲੈ ਕੇ ਤੁਹਾਡਾ ਆਪਣਾ ਮਜ਼ਰ ਬਰਲਾਸ ਹਾਜ਼ਰ ਹੈ ਤੇ ਸਾਡੀਆਂ ਅੱਜ ਦੀਆਂ ਪ੍ਰੌਣੀਆਂ ਜੜੀਆਂ ਨੇ ਯਾਨੀ ਲਕਸ ਪਰਪਲ ਦੀਆਂ ਪ੍ਰੌਣੀਆਂ ਜੜੀਆਂ ਨੇ ਉਹ ਨੇ ਸ਼ਹਿਨਾਜ਼ ਵਜ਼ੀਰ ਅਲੀ ਨਾ ਤੁਸੀਂ ਇਹਨਾਂ ਦਾ ਸੁਣਿਆ ਇਹਨਾਂ ਦੇ ਕੰਮ ਤੋਂ ਵੀ ਤੁਸੀਂ ਵਾਕਿਫ ਹੋ ਸਿਆਸਤ ਕਰਦੀਆਂ ਨੇ ਸੋਸ਼ਲ ਵਰਕ ਇਹਨਾਂ ਦਾ ਬੜਾ ਨਾਮ ਹੈ ਔਰ ਸ਼ਹਿਨਾਜ਼ ਵਜ਼ੀਰ ਅਲੀ ਜਿੰਨੀਆਂ ਆਪ ਖੂਬਸੂਰਤ ਨੇ ਇਹਨਾਂ ਦਾ ਕੰਮ ਇਹਨਾਂ ਤੋਂ ਵੀ ਜ਼ਿਆਦਾ ਖੂਬਸੂਰਤ ਹੈ ਔਰ ਇਨਾਂ ਦਾ ਕੰਮ ਪਾਕਿਸਤਾਨ ਆਸਤੇ ਫਖਰ ਹੈ ਇਹ ਪਾਕਿਸਤਾਨ ਦੀ ਤਰਤੀਦੀਆਂ ਇੱਕ ਫਖਰ ਨੇ ਇਹਨਾਂ ਤੇ ਅਸੀਂ ਨਾਜ਼ ਕਰ ਸਕਨੇ ਆ ਅੱਜ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਔਰ ਇਹਨਾਂ ਦੀ ਨਿੱਜੀ ਜ਼ਿੰਦਗੀ ਚਾਂਕਣ ਦੀ ਕੋਸ਼ਿਸ਼ ਕਰਾਂਗੇ ਕਿੱਥੇ ਖੇਡਦੇ ਰਹੇ ਕਿੱਥੇ ਇਹਨਾਂ ਦੇ ਬਦਲ ਤੇ ਕਿੱਥੇ ਬਾੜਸ਼ਾਂ ਲਗੀਆਂ ਜੀ ਅਸਲਾਮੁਅਲੈਕਮ ਜੀ ਵਾਲੇਕਮ ਸਲਾਮ ਤੁਸੀਂ ਇਹ ਦੱਸੋ ਉਮਰ ਨਹੀਂ ਅਸੀਂ ਪੁੱਛਾਂਗੇ ਇਹ ਦੱਸੋ ਕਿ ਪੈਦਾ ਕਿੱਥੇ ਹੋਏ ਕਿਦੋਂ ਨਹੀਂ ਨਜ਼ਰ ਆਂਦੀ ਰਹਾ ਉਮਰ ਤੇ ਸਾਫ਼ ਨਜ਼ਰ ਨਹੀਂ 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 ਕਿਦੋਂ ਦੀ ਗੱਲ ਨਹੀਂ ਅਸੀਂ ਪੁੱਛਾਂਗੇ ਇਹ ਪੁੱਛਾਂਗੇ ਕਿ ਤੁਸੀਂ ਪੈਦਾ ਕਿੱਥੇ ਹੋਏ ਤੇ ਕਿਹੜੇ ਸ਼ਹਿਰ ਛੋਏ ਮਜ਼ਰ ਭਾਈ ਮੈਂ ਦਿੱਲੀ ਵਿੱਚ ਪੈਦਾ ਹੋਈ ਸਾਂ ਮੇਰੀ والدہ ਜਿਹੜੀਆਂ ਗੁਜਰਾਤ ਦੇ ਬਾਹਰ ਇੱਕ ਪਿੰਡ ਹੈ ਗੁਰਾਲੀ ਠੀਕ ਹੈ ਕੋਈ 5-6 ਮੀਲ ਦੂਰ ਗੁਜਰਾਤੋਂ ਜਿੱਥੇ ਚੌਧਰੀ ਸੁਜਾਤ ਰਹਿੰਦਾ ਪਿੰਡ ਹੈ ਨਾ ਨਥ ਜੀ ਜੀ ਉਸ ਦੇ ਨੇੜੇ ਹੀ ਹੈ ਸਾਡਾ ਪਿੰਡ ਮੇਰੇ ਨਾਨਕੇ ਆਂਦੇ ਪਿੰਡ ਸੀ ਠੀਕ ਹੈ ਵੀ ਉੱਥੇ ਗੁਰਾਲੀ ਤੇ ਅੱਛਾ ਦਰਿਆ ਉਰਲੇ ਪਾਸੇ ਨਾਨਕੇ ਤੇ ਪਰਲੇ ਪਾਸੇ ਦਾਦਕੇ ਨਹੀਂ ਬਾਤ ਕੇ ਮੇਰੇ ਸਿਆਲਕੋਟ ਦੇ ਹਾਂ ਤੂੰ ਦਰਿਆ ਉਰਲੇ ਪਾਸੇ ਪਰਲੇ ਪਾਸੇ ਪਰਲੇ ਪਾਸੇ ਹੋਏ ਨੇ ਜੀ ਉੱਥੇ ਸਿਆਲਕੋਟ ਦੇ ਬਾਰਿਕ ਪਿੰਡ ਹੈ ਤੇ ਬਾਜਰਾ ਗੜੀ ਠੀਕ ਹੈ ਤੇ ਉੱਥੇ ਦੇ ਮੇਰੇ ਦਾਦਕੇ ਨੇ ਤੇ ਵਾਲਿਦ ਸਾਹਿਬ ਜਿਹੜੇ ਸਨ ਮੇਰੇ ਜਿਹੜੇ ਦਾਦਾ ਜੀ ਸਨ ਤੇ ਐਡੀ ਦੂਰ ਜਾ ਕੇ ਤੁਸੀਂ ਦਿੱਲੀ ਕਿਉਂ ਪੈਦਾ ਮੈਂ ਹੁਣ ਉਹ ਤੁਹਾਨੂੰ ਕਹਾਣੀ ਦੱਸਣੀ ਆ ਨਾ ਜੀ ਕਿ ਸਾਡੀ ਇਸ ਤਰ੍ਹਾਂ ਦੀ ਹੋਈ ਫੈਮਲੀ ਦੀ ਜਿਹੜੀ ਹਿਸਟਰੀ ਏ ਉਹ ਇਸ ਤਰ੍ਹਾਂ ਏ ਕਿ ਮੇਰੇ ਦਾਦਾ ਜੀ ਜਿਹੜੇ ਸਨ ਉਹ ਤੇ ਬਹੁਤ ਹੀ ਛੋਟੇ ਜ਼ਮੀਂਦਾਰ ਸਨ ਸਿਆਲਕੋਟ ਚ ਰਹਿੰਦੇ ਸਨ ਬਿਲਕੁਲ ਸਾਦੀ ਆਮ ਜ਼ਿੰਦਗੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਛੋਟੇ ਕਿਸਾਨ ਬਿਲਕੁਲ ਹੀ ਛੋਟੇ ਕਿਸਾਨ ਸਨ ਸਿਆਲਕੋਟ ਤੇ ਗੁਜਰਾਤ ਇਹ ਜ਼ਮੀਨਾਂ ਵੈਸੀ ਥੋੜੀਆਂ ਥੋੜੀਆਂ ਹਾਂ ਲੇਕਿਨ ਮੇਰੇ ਨਾਨਾ ਜੀ ਜਿਹੜੇ ਸਨ ਉਹਨਾਂ ਦੇ ਕੋਲ ਠੀਕ ਠਾਕ ਬਹਾਵਾ ਜ਼ਮੀਨਾਂ ਸਨ ਲੇਕਿਨ ਮੇਰੇ ਦਾਦੇ ਜੀ ਕੋਲ ਤੇ ਨਹੀਂ ਸਾਨੀਆਂ ਤੇ ਉਹ ਕੰਮ ਵੀ ਕਰਦੇ ਸਨ ਦੂਜਿਆਂ ਦੇ ਖੇਤਾਂ ਤੇ ਵੀ ਆਪਣੀ ਖੇਤੀਬਾੜੀ ਕਰਦੇ ਸਨ ਠੀਕ ਤੇ ਮੇਰੇ ਮੇਰੀ ਦਾਦੀ ਜਿਹੜੀ ਜਿਹੜੇ ਸਨ ਉਹ ਬੜੀ ਛੇਤੀ وفات ਹੋ ਗਈ ਉਹਨਾਂ ਦੀ ਜਦੋਂ ਮੇਰੇ ਅੱਬਾ ਜੀ ਛੋਟੇ ਜਿਹੇ ਸਨ ਉਹਨਾਂ ਦੇ 4-5 ਪੈ ਪਾਈ ਨੇ ਤੇ ਉਹਨਾਂ ਨੂੰ ਮੈਂ ਦਾਦਾ ਜੀ ਨੂੰ ਬੜਾ ਸ਼ੌਕ ਸੀ ਕਿ ਮੈਂ ਆਪਣੇ ਦੋਵੇਂ ਪੁੱਤਰਾਂ ਨੂੰ ਪੜ੍ਹਾਣਾ ਹੈ ਤੇ ਉਹਨਾਂ ਨੇ ਮੇਰੇ ਖਿਲਾਫ ਫੈਸਲਾ ਕਰ ਲਿਆ ਕਿ ਕੁਛ ਵੀ ਹੋਵੇ ਮੈਂ ਆਪਣੇ ਪੁੱਤਰਾਂ ਨੂੰ ਜ਼ਰੂਰ تعلیم ਜਿੰਨੀ ਵੀ ਮੈਂ ਆਲਾ ਦਰਜੇ ਦੀ تعلیم ਦੇ ਸਕਣਾ ਮੈਂ ਉਹ ਦੇਣੀ ਹੈ ਤੇ ਉੱਥੇ ਪਿੰਡਾਂ ਚ ਉਹ ਸਮਾਂਣੇ ਤੁਹਾਨੂੰ ਪਤਾ ਹੈ ਕਿ ਇੱਕ ਆਮ ਤੌਰ ਤੇ ਬਹੁਤ ਕੋਈ ਖਾਸ ਸਕੂਲ ਖੁੱਲਤੇ ਨਹੀਂ ਹੁੰਦੇ ਸਨ ਲੇਕਿਨ ਮਾਸਟਰ ਜਿਹੜੇ ਹੁੰਦੇ ਸਨ ਸਕੂਲਾਂ ਦੇ ਉਹ ਬੜੇ ਬਿਹਤਰੀਨ ਹੁੰਦੇ ਸਨ ਜੀ ਤੇ ਦਰਖਤਾਂ ਦੇ ਥੱਲੇ ਮਤਲਬ ਚਟਾਈਆਂ ਛਟਾਈਆਂ ਪਾ ਕੇ ਉੱਥੇ ਬੱਚੇ ਇਕੱਠੇ ਹੋ ਜਾਂਦੇ ਸਨ ਉੱਥੇ ਮਾਸਟਰ ਜੀ ਪੜ੍ਹਾਉਂਦੇ ਸਨ ਉਹਦੇ ਬਾਅਦ ਅਬਾ ਜੀ ਨੂੰ ਉਹ ਸਿਆਲਕੋਟ ਲੈ ਕੇ ਜਾਂਦੇ ਸਨ ਹੋਂ ਉਹ 9 10 ਮੀਲ ਦਾ ਜਿਹੜਾ ਉਸ ਵੇਲੇ فاਸਲਾ ਸੀ ਬਲਕਿ ਜ਼ਿਆਦਾ ਸੀ ਥੋੜਾ ਬਹੁਤਾ ਕੋਈ 14 15 ਮੀਲ ਦਾ فاਸਲਾ ਸੀ ਉਹ ਕਦੇ ਪੈਦਲ ਜਾ ਕੇ ਕੱਟਦੇ ਜਿੰਨਾ ਚ ਬੜੀ ਧੇਰ ਤੱਕ ਇੰਜ ਦੇ ਸਕੂਲ ਰਹੇ ਨੇ ਤੂੰ ਤਾਂ ਟਾਲੀਆਂ ਥੱਲੇ ਕਿਕਰਾਂ ਥੱਲੇ ਮੁੰਡੇ ਬਹਿ ਜਾਂਦੇ ਸਨ ਕੁੜੀਆਂ ਵੀ ਇੰਜ ਹੀ ਬੈਂਦੀਆਂ ਸਨ ਜੀ ਅੱਛਾ ਉੱਥੇ ਫਿਰ ਉਹ ਲੈ ਕੇ ਜਾਂਦੇ ਸਨ ਉਹਨਾਂ ਨੂੰ ਰੋਜ਼ ਸਕੂਲ ਕਿਉਂਕਿ ਪਹਿਲੀ ਦੋ ਤਿੰਨ ਜਮਾਤਾਂ ਤੇ ਇਥੇ ਪਿੰਡ ਵਿੱਚ ਪੜੀਆਂ ਤੇ ਫਿਰ ਉੱਥੇ ਜਾ ਕੇ ਸਕੂਲ ਵਿੱਚ ਦਾਖਲ ਕਰ ਦਿੱਤਾ ਫਿਰ ਰੋਜ਼ ਆਣਾ ਜਾਣਾ ਹੁੰਦਾ ਹਸਤੇ ਔਖਾ ਹੁੰਦਾ ਸੀ ਤੇ ਮੈਨੂੰ ਹੁਣ ਵੀ ਯਾਦ ਹੈ ਕਿ ਅੱਬਾ ਜੀ ਸੰਦਸਤੇ ਸਨ ਕਿ ਮੈਂ ਜਦੋਂ ਛੋਟਾ ਹੁੰਦਾ ਸੀ ਕਦੇ ਮੇਰੇ ਅੱਬਾ ਜੀ ਨੇ ਮੈਂ ਕੰਤ ਕੰਧਾਂ ਤੇ ਚਾੜ ਕੇ ਚਲੇ ਟੁਰ ਪੈਂਦੇ ਸਨ ਰਸਤੇ ਟਾਂਗਾ ਮਿਲ ਗਿਆ ਉਸ ਉਦੇ ਬਹਿ ਗਏ ਕਿਸੇ ਹੋਰ ਨੇ ਕੋਈ ਬੈਲ ਗਾੜੀ ਉਸ ਪਰ ਸੇ ਜਾ ਰਹੀ ਹੋਵੇ ਤੇ ਉਸਦੇ ਤੇ ਲਕੀਤ ਇਸ ਵੇਰੇ ਇਸ ਵੇਰੇ ਫਜਰ ਵੇਲੇ ਫਜਰ ਦੀ ਨਮਾਜ਼ ਪੜ ਕੇ ਨਿਕਲ ਪਰ ਉਹਦੇ ਫਿਰ ਉਹਨੇ ਫੈਸਲਾ ਕੀਤਾ ਕਿ ਤੁਹਾਡੇ ਦਾਦੇ ਦੀ ਵੈਸੇ ਬੜੀ ਹਿੰਮਤ ਸੀ ਬੜੀ ਹਿੰਮਤ ਸੀ ਕਿ ਮੁੰਡੇ ਨੇ ਚੋਕਲਾ ਨੇ ਮੁੰਡੇ ਨੂੰ ਮੁੰਡੇ ਵੀ ਤੰਗਾੜੇ ਚੜ ਜਾਣਾ ਬਿਲਕੁਲ ਇੰਨੀ ਹਿੰਮਤ ਸੀ ਉਸ ਵੇਲੇ ਉਸ ਜ਼ਮਾਨੇ ਵਿੱਚ ਮੈਂ ਉਹ ਗੱਲ ਕਰ ਰਹੀਆਂ 1910 ਦੀ 1910 1911 1912 ਉਸ ਜ਼ਮਾਨੇ ਦੀ ਅੱਛਾ ਜੀ ਫਿਰ ਉੱਥੇ ਜਾ ਕੇ ਉਹਨਾਂ ਨੇ ਕੀ ਫੈਸਲਾ ਕੀਤਾ ਇੱਕ ਟਾਂਗੇ ਵਾਲਾ ਦਾਕਰ ਸੀ ਤੇ ਉਸ ਨੂੰ ਆਖਿਆ ਕਿ ਮੈਂ ਤੈਨੂੰ ਕੋਈ 10 ਰੁਪਏ ਦੇਵਾਂਗਾ ਮਹੀਨੇ ਦੇ ਤੇ ਤੂੰ ਮੇਰੇ ਪੁੱਤਰ ਨੂੰ ਇੱਥੇ ਰੱਖੀ ਤੇ ਉਸ ਤਾਂ ਕਿ ਸਵੇਰੇ ਉਹ ਸਕੂਲ ਰੋਜ਼ਾਨਾ ਸਕੂਲ ਜਾ ਸਕੇ ਤੇ ਪੈਸੇ ਤਾਂ ਫਿਰ ਉਹਨਾਂ ਕੋਲ ਹੈ ਸਨ 1910 ਚ 10 ਰੁਪਏ ਤਾਂ ਲਭਦੇ ਨਹੀਂ ਸੀ 10 ਰੁਪਏ ਹੀ ਆਖਰ ਪੂਰੇ ਮਹੀਨੇ ਦੀ ਪਤਾ ਨਹੀਂ ਉਹਦੇ ਚ ਫੀਸ ਵੀ ਦਿੱਤੀ ਗਈ ਤੇ ਉਹ ਦੋ ਇੱਕ ਦੋ ਜੋੜੀ ਕੱਪੜੇ ਵੀ ਤੇ ਹੋਰ ਤੇ ਕੁਝ ਵੀ ਨਹੀਂ ਸੀ ਬਾਕੀ ਤੇ ਸੁੱਕੀ ਰੋਟੀ ਛੋਟੀ ਖਾਂਦੇ ਸਨ उस जमाने उन्होंने जमानेम अपनी मुकम्मल की थी बड़े बड़ेख तरीक मतलब मुश्कलात का सामना करके तकलीफा भी बर्दाश्त कीतिया लेकिन तलीम ने इन्नी अहमियत दी फिर माशा बहुत जहन सा जहनीयत उन्होंने बड़ी मतलब बड़ी सख्त की कहेंद हाई इंटैलीजेंस का जिस तरह बंदा हों मैं नहीं कहती क्योंकि वो मेरे वालद साहब सन उज भी अरबी उन्होंने बड़ी ਫਰਸੀ ਉਹਨਾਂ ਨੇ ਪੜ੍ਹੀ ਸੰਸਕ੍ਰਿਤ ਉਹਨਾਂ ਨੇ ਪੜ੍ਹੀ ਅੰਗਰੇਜ਼ੀ ਉਹਨਾਂ ਨੇ ਪੜ੍ਹੀ ਤੇ ਫਿਰ ਜਦੋਂ ਕਾਲਜ ਵਿੱਚ ਉਹਨਾਂ ਨੂੰ ਸਕਾਲਰਸ਼ਿਪ ਮਿਲ ਗਈ ਤੇ ਲਾਹੌਰ ਆਗੇ ਸਕਾਲਰਸ਼ਿਪ ਲੈ ਕੇ ਉਹ ਜੀ ਸੜਕ ਕੰਦੇ ਨੇ ਇੰਡੀਅਨ ਸਿਵਲ ਸਰਵਿਸ ਦਾ ਐਗਜ਼ਾਮ ਦੇ ਦਿੱਤਾ ਸੜਕ ਕੰਦੇ ਨੇ ਸੜਕ ਕੰਦੇ ਨੇ ਕਿ ਹੰਸਾਂ ਦੇ ਘਰ ਹੰਸ ਜੰਮਦੇ ਨੇ ਸ਼ੇਰਾਂ ਦੇ ਘਰ ਸ਼ੇਰ ਜੰਮਦੇ ਨੇ ਸੱਪਾਂ ਦੇ ਘਰ ਸੱਪ ਤੇ ਜਿਸ ਦੀ ਤੀਹ ਨਹੀਂ ਲੈ ਕੇ ਨਹੀਂ ਜੀ ਮੈਂ ਪਿਓ ਵੀ ਤਾਂ ਲੈ ਕੀ ਹੈ ਮੇਰੇ ਖਿਆਲ ਹੈ ਜੀ ਅਸੀਂ ਮੁਕਾਬਲਾ ਕਰੀਏ ਤੇ ਮੈਂ ਤੇ ਬਿਲਕੁਲ ਜੀ ਰਤੀ ਭਰ ਵੀ ਨਹੀਂ ਜਿਹੜੇ ਸਾਡੇ ਮਾਪਿਓ ਨੇ تعلیم ਪਾਈ ਤੇ ਜਿਸ ਤਰ੍ਹਾਂ ਉਹਨਾਂ ਨੇ ਮਤਲਬ ਬੜੀ ਇੱਕ ਬੜੀ ਕਠਿ ਮੁਸ਼ਕਲ ਔਖੇ ਵੇਲੇ ਵੀ ਫੇਰ ਵੀ ਕਿਤਾਬਾਂ ਦੇ ਨਾਲ ਮੁਹੱਬਤ ਪਿਆਰ ਤੇ ਆਪਣੀ ਜ਼ਿੰਮੇਵਾਰੀਆਂ ਸਾਰੀਆਂ ਸੰਭਾਲੀਆਂ ਸਾਦਗੀ ਦੀ ਜ਼ਿੰਦਗੀ ਸੀ ਅੱਛਾ ਫਿਰ ਸਰਵਿਸ ਚ ਆ ਗਏ ਤੁਸੀਂ ਪੁੱਛ ਰਹੇ ਹੋ ਸੋਨ ਕਿ ਦਿੱਲੀ ਵਿੱਚ ਮੈਂ ਕਿਸ ਤਰ੍ਹਾਂ ਪੈਦਾ ਹੋਈ ਮੈਂ ਇਸ ਤਰ੍ਹਾਂ ਪੈਦਾ ਹੋਈ ਜੀ ਅੱਬਾ ਜੀ ਫਿਰ ਜਦੋਂ ਆਪਣਾ ਪੜ੍ਹ ਲੈ ਕੇ ਮਾਸਟਰਸ ਉਹਨਾਂ ਨੇ ਕੀਤਾ اعلی تعلیم ਹਾਸਲ ਕੀਤੀ ਫੋਰਮਨ 크ਰਿਸਚਨ ਕਾਲਜ ਲਾਹੌਰ ਵਿੱਚ ਆ ਕੇ ਉੱਥੇ ਉਹਨਾਂ ਨੂੰ ਸਕਾਲਰਸ਼ਿਪ ਮਿਲੀ ਹੋਈ ਸੀ ਐਫਸੀ ਕਾਲਜ ਜੀ ਐਫਸੀ ਕਾਲਜ ਅੱਛਾ ਉਹ ਹੁਣ ਕਾਲਜ ਬੜਾ ਸ਼ਾਨਦਾਰ ਕਾਲਜ ਬਣਿਆ ਹੈ ਲੇਕਿਨ ਉਸ ਵੇਲੇ ਵੀ ਉਸ ਦਾ ਮਿਆਰ ਜਿਹੜਾ ਸੀ ਕਾਲਜ ਦਾ ਬੜਾ ਠੀਕ ਠਾਕ ਸੀ ਤੇ ਫਿਰ ਇੰਡੀਅਨ ਸਿਵਲ ਸਰਵਿਸ ਜਿਸ ਦਾ ਪਾਕਿਸਤਾਨ ਦੀ ਸਿਵਲ ਸਰਵਿਸ ਦਾ ਇਮਤਿਹਾਨ ਹੁੰਦਾ ਹੈ ਉਹਦੇ ਚ ਉਹਨਾਂ ਨੇ ਆਪਣਾ ਇਮਤਿਹਾਨ ਦੀ ਤਿਆਰੀ ਕੀਤੀ ਤੇ ਇਮਤਿਹਾਨ ਦੇ ਦਿੱਤਾ ਤੇ ਉਹਨਾਂ ਦਿਨਾਂ 'ਚ ਤੁਹਾਨੂੰ ਪਤਾ ਹੈ ਕਿ ਪੂਰੇ ਬਰੇ ਸਹੀਰੇ 'ਚ ਚਾਂਦੀ ਕੋਈ ਮੁਸਲਮਾਨ ਹੁੰਦੇ ਸਨ ਜਿਹੜੇ ਫਿਰ ਫਾਈਨਲੀ ਸਿਲੈਕਟ ਹੋ ਜਾਂਦੇ ਸਨ ਇਮਤਿਹਾਨ ਵਗਾਰਾ ਦੇ ਦੇ ਲਾ ਕੇ ਤੇ ਅੱਬਾ ਜੀ ਉਹਦੇ ਸਿਲੈਕਟ ਹੋ ਗਏ ਚੰਦ ਦਾ ਲਫ਼ਜ਼ ਵੀ ਤੁਸੀਂ ਜ਼ਿਆਦਾ ਇਸਤੇਮਾਲ ਕਰ ਰਹੇ ਹੋ ਹੁੰਦੇ ਨਹੀਂ ਸਨ ਕੋਈ ਇੱਕ ਅਧ ਮਤਲਬ ਇੱਕ ਕੋਈ ਇੱਕ ਟਾਵਟਾ ਆ ਜਾਂਦਾ ਲੇਕਿਨ ਬਹੁਤ ਸਾਰੇ ਹਿੰਦੂ ਹੁੰਦੇ ਸਨ ਤੇ ਕੁਝ ਮੁਸਲਮਾਨ ਕਟੋਂਦੇ ਸਨ ਤੇ ਜੀ ਫਿਰ ਉਸ ਵੇਲੇ ਉਹਨਾਂ ਨੇ ਆਡਿਟ ਐਂਡ ਅਕਾਊਂਟ ਸਰਵਿਸ ਜੁਆਇਨ ਕੀਤੀ ਅੱਛਾ ਉਹਦੇ ਚ ਉਹਨਾਂ ਨੂੰ ਬੰਬੇ ਵਿੱਚ ਪਹਿਲੀ ਜਿਹੜੀ ਉਹਨਾਂ ਦੀ ਪੋਸਟਿੰਗ ਸੀ ਉੱਥੇ ਹੀ ਉਸ ਵੇਲੇ ਆਲਮੀ ਜੰਗ ਦੂਜੀ ਆਲਮੀ ਜੰਗ ਦਾ ਵੇਲਾ ਸੀ ਮੁੰਬਈ ਉਸ ਵੇਲੇ ਮੁੰਬਈ ਨਹੀਂ ਕਹਿੰਦੇ ਸਨ ਬੰਬਈ ਕਹਿੰਦੇ ਸਨ ਹਾਂ ਉੱਥੇ ਤੇ ਉਹ ਵੀ ਮੇਰੇ ਬਾਲ ਦੋ والدہ ਵੀ ਦੱਸਦੇ ਸਨ ਬਾਦ ਵਿੱਚ ਤੇ ਵਾਲਿਦ ਸਾਹਿਬ ਵੀ ਕਿ ਬੜਾ ਮੁਸ਼ਕਲ ਵਕਤ ਸੀ ਰਾਸ਼ਨ ਦਾ ਜ਼ਮਾਨਾ ਸੀ ਜੰਗੇ ਅਜ਼ੀਮ ਦੂਜੀ ਜੰਗੇ ਅਜ਼ੀਮ ਸੀ ਤੇ ਉਸ ਵੇਲੇ ਉਸ ਦੌਰ ਵਿੱਚ ਬੰਬੇ ਬੜਾ ਖਾਸ ਸ਼ਹਿਰ ਸੀ ਬਕਾਇਦਾ ਸੀ ਮੁਹੰਮਦ ਅਲੀ ਜਨਾਬ ਵੀ ਉੱਥੇ ਰਹਿੰਦੇ ਨੇ ਬਿਲਕੁਲ ਬਿਲਕੁਲ ਤੇ ਤੁਸੀਂ ਤੁਸੀਂ ਤੇ ਤਾਰੀਖ ਦੇ ਸ਼ਾਗਿਰਦ ਹੋ ਉਹਨਾਂ ਵੀ ਤਾਰੀਖ ਤੁਹਾਨੂੰ ਇੱਕ ਇੱਕ ਚੀਜ਼ ਚੱਪਾ ਚੱਪਾ ਪਤਾ ਹੈ ਕਿ ਕਿਸ ਤਰ੍ਹਾਂ ਪਾਕਿਸਤਾਨ ਵਾਸਤੇ ਇੱਕ ਮੂਵਮੈਂਟ ਚਲੀ ਕਾਇਦ ਆਜ਼ਮ ਮੁਹੰਮਦ ਅਲੀ ਜਨਾ ਨੇ ਕਿਸ ਤਰ੍ਹਾਂ ਕਿਆਦਤ ਕੀਤੀ ਤੇ ਸਾਰੇ ਬਰੇ ਸਗੀਰ ਦੇ ਜਿਹੜੇ ਮੁਸਲਮਾਨ ਸਨ ਜ਼ਾਹਿਰ ਹੈ ਉਹਨਾਂ ਵੱਲ ਵੇਖਦੇ ਸਨ ਕਿ ਜੀ ਇਹ ਉਮੀਦ ਹੈ ਕੋਈ ਕਿ ਸਾਡੇ ਵਾਸਤੇ ਇੱਕ ਆਪਣਾ ਦੇਸ਼ ਦੇਸ਼ ਆਪਣੀ ਧਰਤੀ ਆਪਣੀ ਜ਼ਮੀਨ ਮੁਸਲਮਾਨਾਂ ਵਾਸਤੇ ਇੱਕ ਜਗ੍ਹਾ ਬਣੇਗੀ ਤੇ ਉਹਨਾਂ ਦੀ ਦੂਜੀ ਜਿਹੜੀ ਪੋਸਟਿੰਗ ਸੀ ਉਹ ਸੀ ਦਿੱਲੀ 'ਚ ਹੁਣ ਤਕਸੀਮ ਦਾ ਵੇਲਾ ਤਕਰੀਬਨ ਨੇੜੇ ਆ ਗਿਆ ਸੀ ਤੇ ਉਸ ਵੇਲੇ ਉਹਨਾਂ ਦੀ ਪੋਸਟਿੰਗ ਹੋ ਗਈ ਵਾਈਸ ਰਾਏ ਦੇ ਸੈਕਟਰੀਏਟ ਵਿੱਚ ਅੱਛਾ ਜੀ ਤੇ ਵਾਈਸ ਰਾਏ ਦੇ ਸੈਕਟਰੀਏਟ ਵਿੱਚ ਜਦੋਂ ਤਕਸੀਮ ਤੋਂ ਪਹਿਲਾਂ 1 ਸਾਲ ਪਹਿਲਾਂ 1.5 ਸਾਲ ਪਹਿਲਾਂ ਤੇ ਉਹ ਸਾਰਾ ਮਤਲਬ ਇਹ سلسلہ ਚੱਲ ਰਿਹਾ ਸੀ ਜਵਾਰ ਲਾਲ ਨਹਿਰੂ ਸਾਹਿਬ ਨੇ ਆਪਣੀ ਪੋਜੀਸ਼ਨ ਲੈ ਲਈ ਸੀ ਉਸ ਵੇਲੇ ਕਾਇਦੇ ਆਜ਼ਮ ਸਾਹਿਬ ਨੇ ਵਾਜ਼ੇ ਕਰ ਦਿੱਤਾ ਸੀ ਮੁਸਲਮਾਨ ਲੀਗ ਦੀ ਤਹਿਰੀਕ ਚੱਲ ਪਈ ਸੀ ਬਹੁਤ ਉਥੇ ਹਿੰਦੁਸਤਾਨ ਇਸ ਤੇ ਤੁਹਾਨੂੰ ਪਤਾ ਹੈ ਆਜ਼ਾਦੀ ਵਾਸਤੇ ਬੜਾ ਜ਼ਬਰਦਸਤ ਇੱਕ سلسلہ ਚੱਲ ਪਿਆ ਸੀ ਉਸ ਵੇਲੇ ਫਿਰ ਲਾਰਡ ਮਾਉਂਟ ਬੈਟਰਨ ਦੇ ਜਿਹੜਾ ਵਾਈਸਰਾਏ ਸੀ ਇੰਡੀਆ ਦਾ ਉਹਦੇ ਵਿੱਚ ਦਫ਼ਤਰੇ 'ਚ ਫਿਰ ਤਕਸੀਮ ਵਗਾਰਤ ਦੇ ਉੱਤੇ ਵੀ ਸਾਰੇ ਮਤਲਬੇ ਜੋੜੀ ਤਿਆਰੀ ਸੀ ਨਾ ਉਸ ਵੇਲੇ ਉਸ ਦਫ਼ਤਰ 'ਚ ਕੀਤੀ ਜਾਂਦੀ ਸੀ ਤੇ ਮੇਰੇ ਵਾਲਿਦ ਸਾਹਿਬ ਮਲਕ ਵਜ਼ੀਰ ਅਲੀ ਸਾਹਿਬ ਉਹਨਾਂ ਦਾ ਨਾ ਹਤੇ ਉਹਨਾਂ ਨੂੰ ਇਨਚਾਰਜ ਬਣਾਇਆ ਕਿ ਜੀ ਇੱਥੋਂ ਜਿਹੜੇ ਵੀ ਹਿੰਦੁਸਤਾਨ ਤੋਂ ਸਾਰੇ ਲੋਕ ਦਿੱਲੀ ਆਂਦੇ ਨੇ ਨਾ ਮੁਸਲਮਾਨ ਜੀ ਜੀ ਜਿਹੜੇ ਵਾਪਸ ਜਿਹੜੇ ਪਾਕਿਸਤਾਨ ਜਾਣਾ ਚਾਹੁੰਦੇ ਨੇ ਉਹਨਾਂ ਦਾ ਬੰਦੋਬਸ ਜਿਹੜਾ ਕਰਨਾ ਸੀ ਨਾ ਉਹ ਮੁਸਲਮਾਨ ਅਫਸਰ ਸਨ ਲਿਆਕਤ ਅਲੀ ਖਾਨ ਸਾਹਿਬ ਦੇ ਨਾਲ ਉਹਨਾਂ ਨੇ ਆਪਣੀ ਟੀਮ ਬਣਾਈ ਹੋਈ ਸੀ ਉਸ ਟੀਮ ਵਿੱਚ ਮੇਰੇ ਵਾਲਿਦ ਸਾਹਿਬ ਸਨ ਤੇ ਮੇਰੀ ਪੈਦਾਇਸ਼ ਉਸ ਵਾਸਤੇ ਦਿੱਲੀ ਹੋਈ ਕਿਉਂਕਿ ਅਸੀਂ ਉੱਥੇ ਰਹਿੰਦੇ ਸਾਂ ਬਿਲਕੁਲ ਠੀਕ ਹੈ ਸਾਡੀ ਗੁਫਤਗੂ ਜਾਰੀ ਹੈ ਬ੍ਰੇਕ ਦਾ ਵੇਲਾ ਹੋ ਗਿਆ ਇੱਕ ਨਿੱਕਾ ਜਿਹਾ ਵਕਫਾ ਵਕਫੇ ਤੋਂ ਬਾਅਦ ਹਾਜ਼ਰ ਹੁੰਨੇ ਆ ਤੇ ਸ਼ਨਾਜ਼ ਵਜ਼ੀਰ ਅਲੀ ਹੋਰਾਂ ਨਾਲ ਹੋਰ ਗੱਲਾਂ ਕਰਨੇ ਆ ਮਿੱਠੀਆਂ ਮਿੱਠੀਆਂ ਗੱਲਾਂ